ਦੀ ਵੇਖ ਰਹੇ ਹੋ ਚਾਂਜ ਟੈਨਰਾੀ ਨਿਊਜ਼ ਬਲੇਟਨ ਲਾਅ ਪੇਜ ਨੇ ਕੁਝ ਖਬਰਾਂ ਸਪੋਰਟਸ ਤੋਂ ਫੀਫਾ ਵਿਸ਼ਵ ਕੱਪ ਫਾਈਨਲ ਨੂੰ ਜੀਓ ਸਿਨੇਮਾ ਤੇ 3 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ ਭਾਰਤ ਵਿੱਚ 3.2 ਕਰੋੜ ਤੋਂ ਵੱਧ ਲੋਕਾਂ ਨੇ ਐਤਵਾਰ ਨੂੰ ਕਤਰ ਦੇ ਲੁਸੇਲ ਸਟੇਡੀਅਮ ਵਿੱਚ ਅਰਜنٹੀਨਾ ਅਤੇ ਫਰਾਂਸ ਵਿਚਾਲੇ ਖੇਡੇ ਗਏ ਫੀਫਾ ਵਿਸ਼ਵ ਕੱਪ ਫਾਈਨਲ ਨੂੰ ਜੀਓ ਸਿਨੇਮਾ ਐਪ ਤੇ ਦੇਖਿਆ ਇੱਥੇ ਜਾਰੀ ਰਿਲੀਜ਼ ਅਨੁਸਾਰ ਇਹ ਗਿਣਤੀ ਟੈਲੀਵਿਜ਼ਨ ਤੇ ਮੈਚ ਦੇਖਣ ਵਾਲੇ ਦਰਸ਼ਕਾਂ ਦੀ ਗਿਣਤੀ ਤੋਂ ਵੱਧ ਹੈ ਇਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਫੁੱਟਬਾਲ ਵਿਸ਼ਵ ਕੱਪ ਦੇ ਆਖਰੀ ਦਿਨ 3.2 ਕਰੋੜ ਲੋਕਾਂ ਨੇ ਜੀਓ ਸਿਨੇਮਾ ਐਪ ਤੇ ਲੌਗ ਇਨ ਕੀਤਾ ਰਿਲੀਜ਼ ਦੇ ਅਨੁਸਾਰ 11 ਕਰੋੜ ਲੋਕਾਂ ਨੇ ਇਸ ਫੁੱਟਬਾਲ ਸੀਜ਼ਨ ਨੂੰ ਡਿਜੀਟਲ ਪਲੇਟਫਾਰਮ ਤੇ ਦੇਖਿਆ ਇਸ ਦੌਰਾਨ ਦਿਲਚਸਪ ਮੁਕਾਬਲੇ ਅਤੇ ਕਈ ਰੋਮਾਂਚਕ ਉਲਟ ਫੇਰ ਦੇ ਵਿਚਕਾਰ FIFA ਵਿਸ਼ਵ ਕੱਪ ਕਤਰ 2022 ਨੇ ਸਪੋਰਟਸ 18 ਅਤੇ ਜੀਓ ਸਿਨੇਮਾ ਤੇ 40 ਬਿਲੀਅਨ ਮਿੰਟ ਦੇ 에ਅਰ ਟਾਈਮ ਦੇ ਨਾਲ ਤਦ ਦਾ ਧਿਆਨ ਆਪਣੇ ਵੱਲ ਖਿੱਚਿਆ ਜੋ ਕਿ ਮੁਫਤ ਐਪਸ ਦੀ ਸ਼੍ਰੇਣੀ ਵਿੱਚ ਪੂਰੇ ਟੂਰਨਾਮੈਂਟ ਦੌਰਾਨ iOS ਅਤੇ Android ਤੇ ਡਾਊਨਲੋਡ ਕੀਤਾ ਗਿਆ ਸੀ ਅਰਜنٹინა ਨੇ ਫਾਈਨਲ ਵਿੱਚ ਫਰਾਂਸ ਨੂੰ ਪੈਨਲਟੀ ਸ਼ੂਟਆਊਟ ਦੇ ਵਿੱਚ 4-2 ਨਾਲ ਹਰਾਇਆ 1986 ਤੋਂ ਬਾਅਦ ਇਹ ਦੇਸ਼ ਦਾ ਪਹਿਲਾ ਅਤੇ ਕੁੱਲ ਤੀਜਾ ਖਿਤਾਬ ਹੈ ਲੋਕਅੱਤ ਦੇ ਅਗਲੀ ਖਬਰ ਵੱਲ ਕ੍ਰਿਕਟ ਵਿੱਚ ਕਈ ਲੈਗ ਸਪਿਨਰ ਜੋ ਕਰ ਸਕਦੇ ਨੇ ਰਾਸ਼ਟਰੀ ਟੀਮ ਦੀ ਨੁਮਾਇੰਦਗੀ ਸਾਬਕਾ ਭਾਰਤੀ ਕ੍ਰਿਕਟਰ ਅਮਿਤ ਮਿਸ਼ਰਾ ਦਾ ਮੰਨਣਾ ਹੈ ਕਿ ਦੇਸ਼ ਵਿੱਚ ਲੈਗ ਸਪਿਨਰਾਂ ਦੀ ਕੋਈ ਕਮੀ ਨਹੀਂ ਹੈ ਅਤੇ ਉਹਨਾਂ ਚੋਂ ਕਈ ਅਜਿਹੇ ਹਨ ਜੋ ਆਉਣ ਵਾਲੇ ਸਮੇਂ ਵਿੱਚ ਰਾਸ਼ਟਰੀ ਟੀਮ 'ਚ ਜਗ੍ਹਾ ਬਣਾ ਸਕਦੇ ਹਨ ਮਿਸ਼ਰਾ ਨੇ ਆਖਰੀ ਵਾਰ 2017 ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ ਉਸਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਵਿੱਚ 164 ਵਿਕਟਾਂ ਹਾਸਲ ਕੀਤੀਆਂ ਹਨ ਇਸ 40 ਸਾਲਾ ਗੇਂਦਬਾਜ਼ ਨੇ ਹਾਲ ਹੀ ਵਿੱਚ ਸੈਇਦ ਮੁਸ਼ਤਾਕ ਅਲੀ T20 ਟਰਾਫੀ ਵਿੱਚ ਹਰਿਆਣਾ ਦੀ ਨੁਮਾਇੰਦਗੀ ਕੀਤੀ ਸੀ ਇੱਥੇ ਇੱਕ ਸੈਸ਼ਨ ਦੇ ਲਈ ਉੱਬਰ ਦੇ ਲੈਗ ਸਪਿਨਰਾਂ ਦੇ ਨਾਲ ਸਮਾਂ ਬਿਤਾਉਣ ਤੋਂ ਬਾਅਦ ਉਹਨਾਂ ਕਿਹਾ ਹੈ ਕਿ ਪਹਿਲਾਂ ਲੋਕਾਂ ਨੂੰ ਲੱਗਦਾ ਸੀ ਕਿ T20 ਕ੍ਰਿਕਟ ਦੇ ਆਉਣ ਨਾਲ ਲੈਗ ਸਪਿਨ ਦੀ ਉਪਯੋਗਤਾ ਘਟ ਰਹੀ ਹੈ ਪਰ ਉਹ ਪੂਰੀ ਤਰ੍ਹਾਂ ਗਲਤ ਸਾਬਤ ਹੋਏ ਹਨ ਲੈਗ ਸਪਿਨ ਨਾ ਸਿਰਫ ਟੈਸਟ ਕ੍ਰਿਕਟ ਵਿੱਚ ਪ੍ਰਭਾਵਸ਼ਾਲੀ ਹੈ ਪਰ ਇਹ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਵੀ ਬਰਾਬਰ ਪ੍ਰਭਾਵਸ਼ਾਲੀ ਹੈ ਉਸਨੇ ਕਿਹਾ ਹੈ ਕਿ ਆਈਪੀਐਲ ਨੂੰ ਹੀ ਦੇਖੋ ਮੈਂ ਅਤੇ ਯੁਜਵਿੰਦਰ ਚਾਹਲ ਇਸਤੇ ਸਭ ਤੋਂ ਸਫਲ ਭਾਰਤੀ ਗੇਂਦਬਾਜ਼ ਹਾਂ ਤਾਂ ਕਿਉਂ ਨਾ ਲੈਗ ਸਪਿਨਰਾਂ ਨੂੰ ਖੇਡ ਦੇ ਸਾਰੇ ਫਾਰਮੈਟਾਂ ਦੇ ਵਿੱਚ ਵੱਧ ਮੌਕੇ ਮਿਲਣੇ ਚਾਹੀਦੇ ਹਨ ਲੋ ਬਾਤ ਦੇ ਅਗਲੀ ਖਬਰ ਵੱਲ ਸਨਵੇ ਸਿਟਚਸ ਅੰਤਰਰਾਸ਼ਟਰੀ ਸ਼ਤਰੰਜ ਮੁਰਲੀ ਕਾਰਤੀਕ ਅਤੇ ਸੰਜੁਗਤ ਬੜਤੇ ਸਨਵੇ ਸਿਟਚਸ ਇੰਟਰਨੈਸ਼ਨਲ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਵਿੱਚ 5 ਰਾਉਂਡਾਂ ਤੋਂ ਬਾਅਦ ਪ੍ਰਤੀਯੋਗਤਾ ਵਿੱਚ ਭਾਰਤ ਦੇ ਚੋਟੀ ਦੇ ਖਿਡਾਰੀ ਮੁਰਲੀ ਕਾਰਤੀਕਨ ਅਤੇ ਰੂਸ ਦੇ ਅਲੈਕਸੀ ਕੋ ਕਿਰਲ ਆਪਣੇ ਸਾਰੇ 5 ਮੈਚ ਜਿੱਤ ਕੇ ਮੁਕਾਬਲੇ ਵਿੱਚ ਸਾਂਝੀ ਬੜਤੇ ਪਹੁੰਚ ਗਏ ਹਨ ਮੁਰਲੀ ਕਾਰਤੀਕਨ ਨੇ ਕਾਲੇ ਮੋਰਿਆਂ ਦੇ ਨਾਲ ਹਮਵਤਨ ਅਦਿੱਤਿਆ ਸਾਮੰਤ ਨੂੰ ਤੇ ਅਲੈਕਸੀ ਕੋ ਕਿਰਲ ਨੇ ਭਾਰਤ ਦੇ ਅਭਿਮੰਨਿਉ ਨੂੰ ਕਾਲੇ ਮੋਰਿਆਂ ਦੇ ਨਾਲ ਹਰਾ ਕੇ ਪੰਜ ਅੰਕ ਹਾਸਲ ਕੀਤੇ ਹਨ ਅਤੇ ਹੁਣ ਇਹ ਦੋਵੇਂ ਖਿਡਾਰੀ 6ਵੇਂ ਦੌਰ ਵਿੱਚ ਆਮੋ ਸਾਹਮਣੇ ਹੋਣਗੇ ਰਾਉਂਡ 4 ਤੋਂ ਬਾਅਦ ਚੋਟੀ ਤੇ ਚੱਲ ਰਹੇ ਦੋ ਹੋਰ ਖਿਡਾਰੀਆਂ ਚ ਯੂਐਸਏ ਦੇ ਨਿਮਨ ਹੰਸ ਨੇ ਅਰਮੋਨੀਆ ਦੇ ਕਾਰਨ ਗਿਰਗੋਰਾਇਨ ਨਾਲ ਬਾਜ਼ੀ ਬਰਾਬਰੀ ਤੇ ਖੇੜੀ ਅਤੇ ਹੁਣ ਉਹ ਫੀਡੋ ਦੇ ਐਂਟਨ ਡੋਮਚੇਕੋ ਅਜਬਰ ਬਾਇਨ ਦੇ ਐਤਲਾਜ਼ ਸਫਾਰਲੀ ਅਤੇ ਅਰਮੋਨੀਆ ਦੇ ਪ੍ਰੋਟਸਾਈਨ ਮੈਨੂਅਲ ਦੇ ਨਾਲ ਸੰਯੁਕਤ ਦੂਜੇ ਨੰਬਰ ਤੇ ਹਨ